2018 ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਅਜਿਹਾ ਬਿਗੁਲ ਜਿਸ ਦੇ ਦਰਮਿਆਨ ਹੁਣ 4 ਫਰਵਰੀ ਨੂੰ ਲੋਕ ਤੈਅ ਕਰ ਦੇਣਗੇ ਕਿ ਕਿਸ ਨੂੰ ਵੋਟ ਪਾ ਕੇ ਉਹ ਸੱਤਾ ਦੇ ਵਿੱਚ ਲੈ ਕੇ ਆਉਣਗੇ। ਇਸ ਦਰਮਿਆਨ ਅਸੀਂ ਗੱਲ ਕਰਦੇ ਹਾਂ ਚਰਨਜੀਤ ਸਿੰਘ ਜੀ ਦੇ ਨਾਲ, ਚਮਕੌਰ ਸਾਹਿਬ ਹਲਪੇ ਤੋਂ ਇਹ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ, ਅਤੇ ਜਾਣਦੇ ਹਾਂ ਕਿਹੜੀਆਂ ਕਿਹੜੀਆਂ ਨੀਤੀਆਂ ਆਮ ਆਦਮੀ ਪਾਰਟੀ ਅਪਣਾ ਰਹੀ ਹੈ ਅਤੇ ਕਿਹੜੀ ਵੱਖਰੀ ਨੀਤੀ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਤੋਂ ਆਮ ਆਦਮੀ ਪਾਰਟੀ ਦੀ, ਜਿਸ ਨੂੰ ਦੇਖਦੇ ਹੋਏ ਜਿਹੜੇ ਆਮ ਲੋਕ ਨੇ ਇਹਨਾਂ ਨੂੰ ਵੋਟ ਪਾਉਣ। ਤੁਸੀਂ ਮੈਨੂੰ ਦੱਸੋ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਹੁਣ ਮੌਜੂਦਾ ਸਮੇਂ ਦੇ ਵਿੱਚ ਚੋਣ ਪ੍ਰਚਾਰ ਤੁਸੀਂ ਕਰ ਰਹੇ ਹੋ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਚਰਨਜੀਤ ਸਿੰਘ, ਹਲਕਾ ਚਮਕੌਰ ਸਾਹਿਬ ਤੋਂ, ਆਮ ਆਦਮੀ ਪਾਰਟੀ ਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਚਰਨਜੀਤ ਸਿੰਘ, ਹਲਕਾ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਾਂ, ਅਤੇ ਬਹੁਤ ਵਧੀਆ ਜਿਹੜਾ ਸਾਨੂੰ ਇੱਥੇ ਪਿੰਡਾਂ 'ਚ ਰਿਸਪੋਂਸ ਮਿਲ ਰਿਹਾ। ਜਿਹੜੇ ਵੀ ਪਿੰਡ ਜਾਂਦੇ ਆ, ਤਕਰੀਬਨ ਪਤਾ ਲੱਗ ਰਿਹਾ ਕਿ 80 ਤੋਂ 90% ਲੋਕ ਜਿਹੜੇ ਆ ਉਹ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਨੇ, ਕਿਉਂਕਿ ਇਹ ਲੰਬੇ ਸਮੇਂ ਤੋਂ ਇਹ ਲੋਕ ਜਿਹੜਾ ਇਹਨਾਂ ਪਾਰਟੀਆਂ, ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨੂੰ ਸਹਿ ਰਹੇ ਨੇ। ਮੈਂ ਇਹੀ ਕਹਾਂਗਾ ਵੀ ਸਹਿ ਰਹੇ ਨੇ ਇਹ, ਕਿਉਂਕਿ ਇਹਨਾਂ ਪਾਰਟੀਆਂ ਨੇ ਅੱਜ ਤੱਕ ਜਦੋਂ ਦਾ ਇਹ ਦੇਸ਼ ਆਜ਼ਾਦ ਹੋਇਆ, ਇਹਨਾਂ ਪਾਰਟੀਆਂ ਦੀ ਜਿਹੜੀ ਨੀਤੀ ਰਹੀ ਹੈ ਉਹ ਨਿੱਜੀਕਰਨ ਵਾਲੀ ਰਹੀ ਹੈ। ਇਹਨਾਂ ਨੇ ਵਾਅਦੇ ਤਾਂ ਲੋਕਾਂ ਨਾਲ ਕੀਤੇ ਸੀ ਵੀ ਅਸੀਂ ਲੋਕਾਂ ਦਾ, ਹਲਕੇ ਦਾ, ਪੰਜਾਬ ਦਾ ਵਿਕਾਸ ਕਰਾਂਗੇ, ਪਰ ਉਹ ਵਿਕਾਸ ਕਰਨ ਦੀ ਬਜਾਏ ਇਹਨਾਂ ਨੇ ਆਪਣਾ ਨਿੱਜੀ ਵਿਕਾਸ ਕੀਤਾ, ਆਪਣਾ ਵਿਕਾਸ ਕੀਤਾ, ਆਪਣੇ ਪਰਿਵਾਰਾਂ ਦਾ ਵਿਕਾਸ ਕੀਤਾ ਔਰ ਆਪਣੇ ਕਾਰੋਬਾਰਾਂ ਦਾ ਵਿਕਾਸ ਕੀਤਾ। ਇਸ ਕਰਕੇ ਅੱਜ ਜਿਹੜਾ ਗਰੀਬ ਆਦਮੀ ਹੈ ਉਹ ਦਿਨੋਂ ਦਿਨ ਗਰੀਬ ਹੁੰਦਾ ਜਾ ਰਿਹਾ। ਗਰੀਬ ਦੇ ਜਿਹੜੀ ਕਮਰ ਹੈ ਉਹ ਪਿੱਛੇ ਹੱਡੀ ਨੂੰ ਲੱਗ ਚੁੱਕੀ ਹੈ, ਅਤੇ ਇਹਨਾਂ ਧਨਾਡਾਂ ਦੇ, ਇਹਨਾਂ ਦੇ ਪੇਟ ਬਾਹਰ ਨੂੰ ਆ ਰਹੇ ਨੇ, ਅਤੇ ਇਹਨਾਂ ਦੀਆਂ ਤਿਜੋਰੀਆਂ ਜਿਹੜੀਆਂ ਦਿਨੋ ਦਿਨ ਭਰ ਰਹੀਆਂ ਨੇ, ਇਹ ਅਰਬਾਂ ਤੋਂ ਖਰਬਾਪਤੀ ਹੋ ਰਹੇ ਆ, ਅਤੇ ਗਰੀਬ ਦੇ ਅੱਜ ਕੋਲ ਕਿਹੜੀ ਫੁੱਟੀ ਕੌੜੀ ਵੀ ਨਹੀਂ ਹੈ। ਜੀ, ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ, ਆਮ ਆਦਮੀ ਪਾਰਟੀ ਨੇ ਵੀ ਹੁਣ ਆਪਣਾ ਚੋਣ ਮੈਨੀਫੈਸਟੋ ਜਗ ਜ਼ਾਹਿਰ ਕਰ ਦਿੱਤਾ। ਆਪਾਂ ਸਾਨੂੰ ਪਹਿਲੇ ਗੱਲ ਕਰਦੇ ਹਾਂ ਕਿ ਦਲਿਤ ਵਰਗ ਨੂੰ ਲੈ ਕੇ ਜਿਸ ਤਰੀਕੇ ਨਾਲ ਉਹਨਾਂ ਨੇ ਵੱਖਰਾ ਚੋਣ ਮੈਨੀਫੈਸਟੋ ਜਾਰੀ ਕੀਤਾ, ਉਹਨਾਂ ਨੇ ਕਿਹਾ ਹੈ ਕਿ ਆਪਾਂ ਉਹਨਾਂ ਨੂੰ ਘਰ ਵੀ ਦੇਵਾਂਗੇ, ਘਰ ਬਣਾ ਕੇ ਦੇਵਾਂਗੇ। ਇਹ ਜੇ ਗੱਲ ਕੀਤੀ ਜਾਵੇ ਵਿੱਤੀ ਖਰਚੇ ਦੀ, ਵਿੱਤੀ ਖਰਚਾ ਆਮ ਆਦਮੀ ਪਾਰਟੀ ਕਿਸ ਤਰੀਕੇ ਨਾਲ ਕਿੱਥੋਂ? ਵਿੱਤੀ ਖਰਚਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਪੰਜਾਬ 'ਚ 50,000 ਕਰੋੜ ਦਾ ਜਿਹੜਾ ਹੈਗਾ ਬਲੈਕ ਮਨੀ ਮਤਲਬ ਚੱਲ ਰਿਹਾ, ਕਿਉਂਕਿ ਇਹ ਸਾਰਾ ਜਾ ਰਿਹਾ ਇਹਨਾਂ ਲੀਡਰਾਂ ਦੀਆਂ ਜੇਬਾਂ 'ਚ, ਇਹਨਾਂ ਦੇ ਜਥੇਦਾਰਾਂ ਦੀ ਜੇਬਾਂ 'ਚ ਜਾ ਰਿਹਾ, ਅਤੇ ਉਹ ਸਾਰਾ 50,000 ਕਰੋੜ ਰੁਪਇਆ ਜਦੋਂ, ਕਿਉਂਕਿ ਆਮ ਆਦਮੀ ਪਾਰਟੀ ਦਾ ਇਹ ਵਾਅਦਾ ਹੈ ਕਿ ਭ੍ਰਿਸ਼ਟਾਚਾਰ ਮੁਕਤ ਕਰਨਾ ਹੈ ਪੰਜਾਬ ਨੂੰ। ਜਦੋਂ ਭ੍ਰਿਸ਼ਟਾਚਾਰ ਮੁਕਤ ਹੋ ਗਿਆ ਤਾਂ ਜਿੰਨਾ ਇਹ 50,000 ਕਰੋੜ ਰੁਪਇਆ ਜੋ ਹੁਣ ਜਾ ਰਿਹਾ ਇਹਨਾਂ ਦੀ ਜੇਬਾਂ 'ਚ, ਇਹ ਸਾਰਾ ਸਰਕਾਰ 'ਚ ਆਏਗਾ, ਅਤੇ ਸਰਕਾਰ ਦੀਆਂ ਜਿੰਨੀਆਂ ਵੀ ਅਸੀਂ ਨੀਤੀਆਂ ਦੱਸ ਰਹੇ ਨੇ, ਮੇਰਾ ਖਿਆਲ ਆ ਉਹ 50,000 ਕਰੋੜ ਜਦੋਂ ਸਾਲਾਨਾ ਜਿਹੜਾ ਸਰਕਾਰ ਦੇ ਖਾਤੇ 'ਚ ਆਏਗਾ ਤਾਂ ਸਾਰੀਆਂ ਨੀਤੀਆਂ ਜਿਹੜੀਆਂ ਉਹ ਉਹਦੇ ਨਾਲ ਕਵਰ ਹੋ ਜਾਣਗੀਆਂ। ਜੀ, ਜੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਜਿਸ ਤਰੀਕੇ ਦੇ ਨਾਲ ਹੁਣ ਚੋਣ ਮੈਨੀਫੈਸਟੋ ਜਗ ਜ਼ਾਹਿਰ ਹੋ ਗਿਆ, ਅਤੇ ਉਸਦੇ ਵਿੱਚ ਕਿਸਾਨਾਂ ਨੂੰ ਲੈ ਕੇ ਇੱਕ ਉਹਨਾਂ ਨੇ ਕਿਹਾ ਹੈ ਕਿ ਆਪਾਂ ਕਰਜ਼ੇ ਮਾਫ਼ ਕਰਾਂਗੇ। ਇਹ ਕਿਸ ਤਰੀਕੇ ਨਾਲ ਰੋਡ ਮੈਪ, ਜੇ ਆਪਾਂ ਦਿੱਲੀ ਦੇ ਵਿੱਚ ਦੇਖਿਆ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਆਪਾਂ ਜੇ ਬਿਜਲੀ ਮਾਫ਼ ਕਰਾਂਗੇ, ਘੱਟ ਕਰਾਂਗੇ ਉਹਦੇ ਰੇਟ, ਪਾਣੀ ਦੇ ਜੇ ਰੇਟ ਘੱਟ ਕਰਾਂਗੇ ਉਹਨਾਂ ਦੇ, ਤਾਂ ਉਹਨਾਂ ਨੇ ਇੱਕ ਰੋਡ ਮੈਪ ਦਿਖਾਇਆ ਸੀ ਕਿ ਇਸ ਤਰੀਕੇ ਨਾਲ ਜਿਹੜਾ ਹੈ ਕਿ ਉਹ ਆਪਾਂ ਘੱਟ ਕੀਤਾ ਜਾਵੇਗਾ। ਪਰ ਪੰਜਾਬ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਹੈ ਕਿ ਕਿਸਾਨਾਂ ਦੇ ਜਿਹੜੇ ਕਰਜ਼ੇ ਨੇ ਉਹ ਮਾਫ਼ ਕਰ ਦਿੱਤੇ ਜਾਣਗੇ, ਪਰ ਕਿਤੇ ਨਾ ਕਿਤੇ ਉਹ ਰੋਡ ਮੈਪ ਸਾਨੂੰ ਨਹੀਂ ਦਿਖ ਰਿਹਾ। ਰੋਡ ਮੈਪ ਤਾਂ ਤੁਹਾਡੇ ਸਾਹਮਣੇ ਬਹੁਤ ਕਲੀਅਰ ਹੈ, ਜੇ ਸਾਰੇ ਹਿੰਦੁਸਤਾਨ ਦਾ ਕਰਜ਼ਾ ਵੀ ਕਿਸਾਨਾਂ ਦਾ ਮਾਫ਼ ਕਰ ਦਈਏ ਤਾਂ ਉਹ 125,000 ਕਰੋੜ ਰੁਪਇਆ ਬਣਦਾ ਹੈ ਸਾਰੇ ਹਿੰਦੁਸਤਾਨ ਦਾ, ਅਤੇ ਪੰਜਾਬ ਦਾ ਜਿਹੜਾ ਕਿਸਾਨਾਂ ਦਾ ਕਰਜ਼ਾ ਉਹ ਮੇਰੇ ਹਿਸਾਬ ਨਾਲ ਜਿਹੜਾ 30,000 ਕਰੋੜ ਦੇ ਕਰੀਬ ਹੋਏਗਾ, ਅਤੇ ਉਹ ਮਾਫ਼ ਕੀਤਾ ਜਾ ਸਕਦਾ ਜਦੋਂ ਭ੍ਰਿਸ਼ਟਾਚਾਰ ਖਤਮ ਹੋ ਗਿਆ। ਤੁਹਾਡਾ ਪੈਸਾ ਨਾ ਕਚਹਿਰੀਆਂ 'ਚ ਤੁਸੀਂ ਰਿਸ਼ਵਤ ਦੇਣੀ, ਨਾ ਪੁਲਿਸ ਨੂੰ ਰਿਸ਼ਵਤ ਦੇਣੀ ਹੈ, ਅਤੇ ਜੋ ਰੈਵਨਿਊ ਅੱਜ ਸਿੱਧਾ ਇਹਨਾਂ ਲੀਡਰਾਂ ਦੀ ਜੇਬਾਂ 'ਚ ਜਾ ਰਿਹਾ ਇਹਨਾਂ ਦੇ ਜਥੇਦਾਰਾਂ ਦੀ, ਉਹ ਜਦੋਂ ਸਰਕਾਰੀ ਖਾਤੇ 'ਚ ਆਉਣਾ ਹੈ ਤਾਂ ਸਾਰੇ ਕਰਜ਼ੇ ਮਾਫ਼ ਹੋ ਸਕਦੇ, ਸਾਰੀ ਡਿਵੈਲਪਮੈਂਟ ਹੋ ਸਕਦੀ ਹੈ। ਜੀ, ਇੱਥੇ ਵੀ ਇਹੀ ਗੱਲ ਤਾਂ ਉਹਦੇ ਵੱਲੋਂ ਵੀ ਕਹੀ ਜਾਂਦੀ ਹੈ, ਕਾਂਗਰਸ ਦੇ ਵੱਲੋਂ ਵੀ ਕਹੀ ਜਾਂਦੀ ਹੈ ਕਿ ਜਦੋਂ ਸੱਤਾ ਦੇ ਵਿੱਚ ਆਵੇਗੀ ਤਾਂ ਉਹ ਵੀ ਕਰਜ਼ਾ ਮਾਫ਼ ਕਰ ਦੇਗੀ, ਫਿਰ ਫਰਕ ਕੀ ਰਿਹਾ ਕਿ ਕਾਂਗਰਸ? ਫਰਕ ਕੀ ਹੈ, ਕਾਂਗਰਸ ਤਾਂ ਇੱਥੇ 70 ਸਾਲ ਤੋਂ ਅੱਜ ਤੱਕ ਪਹਿਲਾਂ ਕਿਉਂ ਨਹੀਂ ਮਾਫ਼ ਕਰਤੇ ਜੇ ਉਹ ਅੱਜ ਕਹਿ ਰਹੇ ਹੈ? ਅੱਜ 70 ਸਾਲ 'ਚੋਂ 35 ਸਾਲ ਪੰਜਾਬ 'ਚ ਜਿਹੜਾ ਰਾਜ ਕੀਤਾ ਉਹ ਕਾਂਗਰਸ ਨੇ ਕੀਤਾ ਹੈ। ਅਗਰ ਉਹਨਾਂ ਨੇ ਮਾਫ਼ ਕਰਨਾ ਸੀ, ਉਹ ਤਾਂ ਕਿਸਾਨ ਤਾਂ 20-25 ਸਾਲ ਤੋਂ ਰੌਲਾ ਪਾ ਰਹੇ ਵੀ ਸਾਡਾ ਕਰਜ਼ਾ ਮਾਫ਼ ਕੀਤਾ ਜਾਵੇ। ਜੇ ਉਹਨਾਂ ਨੇ ਕਰਨਾ ਸੀ ਤਾਂ ਅੱਜ ਤੱਕ ਕੀਤਾ ਕਿਉਂ ਨਹੀਂ? ਇੰਨੇ ਸਾਲਾਂ 'ਚ ਕਿਉਂ ਨਹੀਂ ਕੀਤਾ? ਅਤੇ ਹੁਣ ਕੀ ਉਮੀਦ ਹੈ ਵੀ ਉਹ ਕਰਨਗੇ? ਹੁਣ ਵੀ ਜਿਹੜੇ ਉਹ ਫਾਰਮ ਭਰ ਰਹੇ ਆ ਕਿਸਾਨਾਂ ਦੇ ਕਰਜ਼ਾ ਮਾਫ਼ੀ ਦੇ, ਉਹਦੇ 'ਚ ਇਹ ਕਿਹਾ ਗਿਆ ਵੀ ਅਸੀਂ ਸਿਫਾਰਸ਼ ਕਰਾਂਗੇ,
ਤੁਹਾਡੇ ਕਰਜ਼ੇ ਮਾਫ਼ੀ ਦੀ, ਉਹਦੇ 'ਚ ਇਹ ਨਹੀਂ ਕਿਹਾ ਗਿਆ ਕਿ ਅਸੀਂ ਮਾਫ਼ ਕਰਾਂਗੇ ਕਰਜ਼ੇ। ਅਤੇ ਦੂਜੀ ਗੱਲ, ਹੁਣ ਜਿਹੜਾ ਉਹਨਾਂ ਨੇ ਮੈਨੀਫੈਸਟੋ ਜਿਹੜਾ ਰਿਲੀਜ਼ ਕੀਤਾ, ਉਹਦੇ ਕਿਸਾਨ ਦੇ ਕਰਜ਼ੇ ਦੇ ਬਾਰੇ ਕੁਛ ਵੀ ਨਹੀਂ ਹੈ, ਕੁਛ ਉਹਦੇ 'ਚ ਗੱਲਬਾਤ ਹੀ ਨਹੀਂ ਹੈਗੀ ਉਹਦੇ 'ਚ। ਜੇ ਆਮ ਆਦਮੀ ਪਾਰਟੀ ਦੀ ਇੰਡਸਟਰੀਜ਼ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਕਹਿੰਦੀ ਹੈ ਕਿ ਆਪਾਂ ਇੱਕ ਵਾਰ ਫਿਰ ਵਾਰੀ ਰਿਵਾਈਵ ਕਰਾਂਗੇ, ਇੱਕ ਵਾਰ ਦੁਬਾਰਾ ਨਵੀਂ ਜ਼ਿੰਦਗੀ ਦੇਵਾਂਗੇ ਪੰਜਾਬ ਦੀ ਇੰਡਸਟਰੀ ਨੂੰ, ਤਾਂ ਕਿਸ ਤਰੀਕੇ ਨਾਲ ਵਧਾਇਆ ਜਾਵੇਗਾ ਆਪਣੇ ਹਲਕੇ ਦੇ ਦਰਮਿਆਨੀ, ਚਮਕੌਰ ਸਾਹਿਬ ਹਲਕੇ ਦੇ ਦਰਮਿਆਨੀ ਇੰਡਸਟਰੀ ਨੂੰ? ਦੇਖੋ, ਚਮਕੌਰ ਸਾਹਿਬ ਜਿਹੜਾ ਹੈਗਾ ਸਭ ਇਹ ਇੱਕ ਬਹੁਤ ਹੀ ਇਤਿਹਾਸਿਕ ਸਥਾਨ ਹੈ, ਇੱਕ ਸਿੱਖੀ ਨਾਲ ਜਿਹੜਾ ਹੈਗਾ ਧਾਰਮਿਕ ਸਥਾਨ ਹੈ, ਜਿੱਥੇ ਦੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਮ ਪਿਤਾ ਦੇ ਦੋ ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਉਹ ਸ਼ਹੀਦ ਹੋਏ ਨੇ, ਅਤੇ 45 ਸਿੰਘ ਉਹਨਾਂ ਦੇ ਨਾਲ ਹੋਰ ਸ਼ਹੀਦ ਹੋਏ ਸੀ। ਇੱਕ ਐਸੀ ਜਿਹੜੀ ਲੜਾਈ ਹੋਈ ਸੀ ਜਿਸ ਦਾ ਕਿ ਮਿਸਾਲ ਅੱਜ ਤੱਕ ਨਹੀਂ ਹੈ, ਵੀ ਇੱਕ ਪਾਸੇ 40-50 ਬੰਦੇ ਹੋਣ ਤਾਂ ਦੂਜੇ ਪਾਸੇ 10 ਲੱਖ ਦੀ ਫੌਜ ਹੋਵੇ, ਅਤੇ ਉੱਥੋਂ ਵੀ ਉਹਨਾਂ ਨੂੰ ਜਿਹੜੇ ਫੌਜਾਂ ਨੂੰ ਹਰਾ ਦਿੱਤਾ ਗਿਆ ਸੀ। ਅਤੇ ਉਸ ਸਥਾਨ ਦਾ ਅੱਜ ਤੱਕ ਜਿਹੜਾ ਉਹਦਾ ਰੁਤਬਾ ਬਣਦਾ ਹੈ ਕਿਸੇ ਵੀ ਸਰਕਾਰ ਨੇ ਜਿਹੜਾ ਦਿੱਤਾ ਨਹੀਂ ਹੈ ਚਮਕੌਰ ਸਾਹਿਬ ਦਾ। ਅਤੇ ਚਮਕੌਰ ਸਾਹਿਬ ਜਿਹੜਾ ਏਰੀਆ, ਇੱਥੇ ਜਦੋਂ ਦੇ ਆਜ਼ਾਦ ਹੋਏ ਹੈ ਅੱਜ ਤੱਕ ਨਾ ਕੋਈ ਇੰਡਸਟਰੀ ਹੈ, ਨਾ ਕੋਈ ਉੱਥੇ ਕਾਲਜ ਹੈ, ਅਤੇ ਤੁਹਾਨੂੰ ਹੈਰਾਨੀ ਹੋਏਗੀ ਕਿ 70 ਸਾਲ ਤੋਂ ਅਸੀਂ ਆਜ਼ਾਦ ਹਾਂ, ਲੇਕਿਨ ਅੱਜ ਵੀ ਜੇ ਚਮਕੌਰ ਸਾਹਿਬ ਤੋਂ ਦੁਆਬੇ ਵੱਲ ਜਾਣਾ ਹੋਵੇ, ਦਰਿਆ 'ਤੇ ਪੁਲ ਹੈ ਨਹੀਂ, ਉੱਥੇ ਲੋਕ ਕਿਸ਼ਤੀਆਂ 'ਤੇ ਮੋਟਰਸਾਈਕਲ ਰੱਖ ਕੇ ਵੀ ਕਿਸ਼ਤੀਆਂ 'ਤੇ ਜਾਂਦੇ ਹੈ। ਅਤੇ ਇੱਦਾਂ ਦੀ ਤਾਂ ਇਹਨਾਂ ਨੇ ਜਿਹੜੀ ਤਰੱਕੀ ਸਾਡੇ ਦੇਸ਼ 'ਚ ਕੀਤੀ ਹੈ ਉਹ ਤੁਹਾਡੇ ਸਾਹਮਣੇ ਹੀ ਹੈ, ਬਾਕੀ ਤੁਸੀਂ ਆਪ ਜਾਣਦੇ ਹੋ ਕਿ ਤਰੱਕੀ ਅਸਲ 'ਚ ਤਾਂ ਇਹਨਾਂ ਲੀਡਰਾਂ ਦੀ ਹੋਈ ਹੈ। ਬਾਦਲ ਪਰਿਵਾਰ ਇਹ ਪਰਿਵਾਰ ਹੀ ਹੈ, 2-4 ਪਰਿਵਾਰ ਗਿਣਤੀ ਦੇ ਪਰਿਵਾਰ ਹੈ ਪੰਜਾਬ 'ਚ ਜਿਨ੍ਹਾਂ ਦੀ ਤਰੱਕੀ ਹੋਈ ਹੈ, ਚਾਹੇ ਉਹ ਕੈਪਟਨ ਸਾਹਿਬ ਦਾ ਪਰਿਵਾਰ ਹੈ, ਚਾਹੇ ਬਾਦਲਾਂ ਦਾ ਪਰਿਵਾਰ ਹੈ, ਜਾਂ 2-4 ਹੋਰ ਪਰਿਵਾਰ ਹੋਣਗੇ। ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਨੂੰ ਲੈ ਕੇ, ਜਿਸ ਤਰੀਕੇ ਦੇ ਨਾਲ ਹੁਣ ਆਮ ਆਦਮੀ ਪਾਰਟੀ ਇਹ ਵੀ ਆਖਦੀ ਹੈ ਕਿ ਹੁਣ ਯੰਗ ਜਨਰੇਸ਼ਨ ਵਾਸਤੇ ਉਹ ਵੱਖੋ ਵੱਖ ਕਦਮ ਚੱਕੇਗੀ, ਸਾਰਿਆਂ ਤੋਂ ਪਹਿਲੇ ਜਦੋਂ ਵੀ ਯੂਥ ਦੀ ਗੱਲ ਆਉਂਦੀ ਹੈ ਤਾਂ ਡਰੱਗਸ ਇੱਕ ਅਜਿਹਾ ਮੁੱਦਾ ਹੈ ਪੰਜਾਬ ਦੇ ਵਿੱਚ ਜਿਹੜਾ ਕਿ ਉੱਭਰ ਕੇ ਸਾਹਮਣੇ ਆ ਜਾਂਦਾ ਹੈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਡਰੱਗਸ ਖਤਮ ਕਰੇਗੀ, ਉਸ ਤੋਂ ਬਾਅਦ ਜਿਹੜੇ ਕਿ ਜਿਹੜੇ ਯੂਥ ਜਿਹੜੇ ਡਰੱਗਸ ਦੇ ਵਿੱਚ ਪੈ ਚੁੱਕੇ ਹੋਣਗੇ ਉਹਨਾਂ ਨੂੰ ਲੀਜ਼ ਲਾਈਨ 'ਤੇ ਲੈ ਕੇ ਆਏਗੀ ਅਤੇ ਉਸਨੂੰ ਲੈ ਕੇ ਕਿ ਕੰਮ ਕਰਵਾਵੇਗੀ ਉਹਨਾਂ, ਇਹ ਕਿਸ ਤਰੀਕੇ ਨਾਲ ਸੰਭਵ ਹੋਵੇਗਾ ਕਿ ਜਦਕਿ ਆਲਰੇਡੀ ਉਹ ਡਰੱਗਸ ਨਹੀਂ? ਕਿਉਂ, ਜਿਹੜੇ ਡਰੱਗਸ ਅਗਰ ਕੋਈ ਲੈ ਰਿਹਾ ਇਹਦਾ ਮਤਲਬ ਇਹ ਨਹੀਂ ਹੈ ਵੀ ਉਹ ਉਸ ਜੰਜਾਲ 'ਚੋਂ ਵਾਪਸ ਨਹੀਂ ਆ ਸਕਦਾ। ਬਿਲਕੁਲ ਇਹ ਨਹੀਂ ਕਹਿ ਸਕਦਾ ਜੰਜਾਲ 'ਚੋਂ ਵਾਪਸ ਨਹੀਂ ਆ ਸਕਦਾ, ਪਰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਇੱਕ ਜਿਹਨੂੰ ਕਹਿੰਦੇ ਕਿ ਰੋਡ ਮੈਪ ਦਿੱਤਾ ਜਾਏਗਾ, ਰੋਡ ਮੈਪ ਇਹ ਹੈ ਵੀ ਜਿੰਨੇ ਜਿਹੜੇ ਸਰਕਾਰ ਨਹੀਂ ਦੇ ਪਾਈ ਜਿਹੜੀਆਂ ਡਰੱਗਸ ਹੈ ਨਸ਼ੇ ਉਹਦੇ 'ਚ, ਉਹ ਵੀ ਦੋ ਤਰ੍ਹਾਂ ਦੇ, ਇੱਕ ਤਾਂ ਇਹ ਹੈ ਕਿ ਦੋ ਘਰ ਆ ਕੇ ਬੰਦਾ 2-4 ਪੈਗ ਲਗਾ ਲੈਂਦਾ, ਅਗਰ ਉਹਨੂੰ ਅਸੀਂ ਜਿਹੜਾ ਹੈਗਾ ਨਸ਼ਾ ਨਹੀਂ ਕਹਿੰਦੇ, ਅਗਰ ਇੱਕ ਨਸ਼ਾ ਉਹ ਹੈ ਜਿਹੜਾ ਡਰੱਗ ਅਡਿਕਟ ਮਤਲਬ ਜਦੋਂ ਉਹ ਫਿਜ਼ੀਕਲੀ ਜਿਹੜਾ ਹੈਗਾ ਡਿਪੈਂਡੈਂਟ ਹੋ ਜਾਂਦਾ ਉਸ 'ਤੇ, ਵੀ ਉਹਨੇ ਉੱਠਦੇ ਹੀ ਸਵੇਰੇ ਨਸ਼ਾ ਮੰਗਣਾ, ਉਹ ਜਿਹੜੀ ਹਾਲਤ ਹੈ, ਉਸ ਹਾਲਤ 'ਚ ਜਿਹੜੇ ਸਾਡੇ ਨੌਜਵਾਨ ਨਸ਼ੇ 'ਚ ਨੇ ਉਹਨਾਂ ਦਾ ਜਿਹੜਾ ਇਲਾਜ ਕੀਤਾ ਜਾ ਸਕਦਾ, ਉਹਨਾਂ ਨੂੰ ਜਿਹੜਾ ਹੈਗਾ ਡੀ ਅਡਿਕਸ਼ਨ ਸੈਂਟਰ 'ਚ ਉਹਨਾਂ ਦਾ ਇਲਾਜ ਹੋਏਗਾ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਰੁਜ਼ਗਾਰ ਦੇ ਕੇ ਉਹਨਾਂ ਨੂੰ ਵਾਪਸ ਜਿਹੜਾ ਪਟੜੀ 'ਤੇ ਲੈ ਕੇ ਆਇਆ ਜਾਂਦਾ। ਜੇ ਰੁਜ਼ਗਾਰ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਇਹ ਵੀ ਆਖਦੀ ਹੈ ਕਿ 25,000 ਦੇ ਤਕਰੀਬਨ, 25 ਲੱਖ ਦੇ ਤਕਰੀਬਨ ਜਿਹੜੀਆਂ ਕਿ ਨੌਕਰੀਆਂ ਸਰਕਾਰੀ ਕੱਢੇਗੀ, ਇਹ ਕਿਸ ਤਰੀਕੇ ਨਾਲ ਸੰਭਵ ਹੋਵੇਗਾ ਕਿ ਮੌਜੂਦਾ ਸਮੇਂ ਦੇ ਵਿੱਚ ਜੇ ਖਬਰਾਂ ਨੂੰ ਸੁਣੀਏ, ਕਿਉਂਕਿ ਆਪਾਂ ਅੱਖੀ ਦੇਖਦੇ ਹਾਂ ਕਿ ਧਰਨੇ ਹੁੰਦੇ ਨੇ, ਸਕੂਲ ਟੀਚਰਸ ਧਰਨੇ ਦੇ ਰਹੇ ਨੇ ਕਿ ਸਾਡੀ ਪੇ ਨਹੀਂ ਹੈ, ਕੁਛ ਬਹੁਤ ਸਾਰੇ ਟੀਚਰਸ ਅਜਿਹੇ ਨੇ ਕਿ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਤਾਂ ਇਹ ਕਿਸ ਤਰੀਕੇ ਨਾਲ ਸੰਭਵ ਹੋਵੇਗਾ ਕਿ ਜਿਹੜੀ ਮੌਜੂਦਾ ਸਰਕਾਰ ਨਹੀਂ ਕਰ ਸਕੀ ਆਮ ਆਦਮੀ ਪਾਰਟੀ? ਆਮ ਆਦਮੀ ਪਾਰਟੀ ਨੇ ਇਹ ਕਿਹਾ ਕਿ 25 ਲੱਖ ਨੌਕਰੀਆਂ ਜਾਂ ਰੋਜ਼ਗਾਰ ਦੇ ਵਸੀਲੇ, 25 ਲੱਖ ਨੌਕਰੀਆਂ ਨਹੀਂ ਕਿਹਾ, ਇਹ ਕਾਂਗਰਸ ਕਹਿ ਰਹੀ ਹੈ ਵੀ ਅਸੀਂ ਹਰ ਜਿਹੜਾ ਘਰ ਹੈ ਉਹਨੂੰ ਨੌਕਰੀ ਦੇਵਾਂਗੇ, ਜਿਹੜਾ ਕਿ ਇੱਕ ਸਫੇਦ ਝੂਠ ਹੈ, ਕਿਉਂਕਿ ਪੰਜਾਬ 'ਚ 60 ਲੱਖ ਘਰ ਨੇ, ਹਰ ਘਰ ਨੂੰ ਨੌਕਰੀ ਦੇਣਾ ਸੰਭਵ ਨਹੀਂ ਹੈ। ਅੱਜ ਪੰਜਾਬ 'ਚ 4 ਲੱਖ ਕਰਮਚਾਰੀ ਨੇ, ਠੀਕ ਹੈ ਜੀ। ਆਮ ਆਦਮੀ ਪਾਰਟੀ ਨੇ ਕੀ ਕਰਨਾ ਕਿ 2-2.5 ਲੱਖ ਮੇਰਾ ਖਿਆਲ ਜਿਹੜੇ ਹੈਗੇ ਆ ਨੌਕਰੀਆਂ ਨੇ, ਜਿਹੜੀਆਂ ਕਿ ਪਹਿਲਾਂ ਰੱਦ ਕਰ ਚੁੱਕੀਆਂ ਸੀ ਇਹ ਜਿਹੜੀਆਂ ਸਰਕਾਰਾਂ, ਕਾਂਗਰਸ ਅਤੇ ਅਕਾਲੀ ਦਲ, ਇਹ ਜਿੰਨੀਆਂ ਵੀ ਅਸਾਮੀਆਂ ਖਾਲੀ ਹੁੰਦੀਆਂ ਸੀ ਉਹਨਾਂ ਨੂੰ ਰੱਦ ਕਰਦੀਆਂ ਆਈਆਂ ਪਿਛਲੇ ਸਮਿਆਂ 'ਚ 10-15 ਸਾਲ ਤੋਂ। ਅਤੇ ਇਹ ਸ਼ੁਰੂਆਤ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਹੋਈ ਸੀ, ਅਤੇ ਪਹਿਲਾਂ ਤਾਂ ਉਹ ਜਿਹੜੀਆਂ ਅਸਾਮੀਆਂ 2-2.5 ਲੱਖ ਦੇ ਕਰੀਬ ਹੋਣਗੀਆਂ ਮੇਰਾ ਖਿਆਲ, ਅਤੇ ਉਹ ਭਰਨੀਆਂ। ਉਸ ਤੋਂ ਬਾਅਦ ਜਿਹੜੇ ਰੁਜ਼ਗਾਰ ਦੇ ਹੋਰ ਵਸੀਲੇ ਪੈਦਾ ਕਰਨੇ, ਜਿਵੇਂ ਕਿ 25,000 ਡੇਅਰੀ ਫਾਰਮ ਜਿਹੜੇ ਪੰਜਾਬ 'ਚ ਖੋਲ੍ਹੇ ਜਾਣੇ, ਜਿਹਦੇ 'ਚ ਕਿ ਘੱਟੋ ਘੱਟ 2-2.5 ਲੱਖ ਨੌਜਵਾਨ ਹੈ ਜਿਹੜੇ ਉਹਨਾਂ ਨੂੰ ਰੁਜ਼ਗਾਰ ਮਿਲਣਾ, ਅਤੇ ਪੰਜਾਬ 'ਚ 20,000 ਇੰਡਸਟਰੀ ਜਿਹੜੀ ਹੈ ਪਿਛਲੇ 10 ਸਾਲਾਂ 'ਚੋਂ ਬੰਦ ਹੋ ਚੁੱਕੀ ਹੈ।
उस इंडस्ट्री नूं रियायतां दे के जिहड़ा हैगा दोबारा जिहड़ा शुरू किया जाएगा। इंडस्ट्री की रियायतों की ही गल की जाए तो तुम कहते हो कि आप रियायत देवे जो उ जो श्रोमणी अकाली दल का जो चोन मनोरथ पत्थर ही देख लीए चक्के तो उस गल आखे गए कि रियायतों के तौर पर सानल जी सस्ती बिजली मौजूदा समय तक आप दे सकते हैं वो आप दे रहे हैं तो जिनी कि आम आदमी पार्टी तो कांग्रेस कह रही है उस नाल ज़्यादा सस्ती आप दे रहे हैं। नहीं जी ये शरेआम गलत है। पंजाब 8 रुपये मेरे ख्याल बिजली की यूनिट है ते तुसी दिल्ली च देख लो आम आदमी पार्टी ते 8 रुपये तो 4 रुपये यूनिट करती है। इहदा मतलब हले भी लुट हो रही है ते इस करके जदों आम आदमी पार्टी पंजाब च आएगी मैनू भी यही लगता कि पंजाब च भी जिहड़े बिजली दीआं दरां ओह घटणगीआं ते उहदे नाल जिहड़ा इंडस्ट्री नूं भी फायदा होएगा आम लोकां नूं भी राहत मिलेगी। तुसी आम लोकां तों पुछो ये उहनां दे घरां दे बिल जिहड़े आ पिछले 2 साल दा चक के देख लो अज दा चक के देख लो 2 तों 3 गुणा हो चुका है ते ओ ए ए सरकारां लोकां नूं गुमराह कर रही ने। उधर ये कहिंदे असीं बिजली जिहड़ी आ जिहड़ी दे फ्री दे रहे किसानां नूं दूजे पासे इन्हां ने घरां दे जिहड़े बिल है वह 2-2, 3-3, 4-4 गुणा भी हो चुके हैं ते इस करके लोकां नूं गुमराह कर रहे हैं। लेकिन आम आदमी पार्टी है वह सच्चाई ते खड़ी है और जिवें दिल्ली च उन्होंने अद्धियां तुसीं जाणदे हो कि अद्धे रेट करते है और उन्हां दा चोन वादा सीगा वह पूरा किया उन्होंने। जे आम आदमी पार्टी की एक होर गल की जाए तो मौजूदा समय के जिस तरीके दे नाल पानिया के मुद्दे को लैके हले तक स्टैंड क्लीयर नहीं है सारे जिन्हें भी विपक्षी दल ने वो आरोप लगाते हैं आम आदमी पार्टी के उत्ते इस लैके नहीं आरोप तो यह सरासर गलत आरोप है क्योंकि पानिया का मुद्दा पैदा किने किया है तुसी जानते हो कि कांग्रेस की देन है जिहड़ा पानिया का मुद्दा है पानिया का जिहड़ा रिपेरियन लॉज है जिहड़ा पानी की वंड है उन्होंने ही दिता जा सकता जिन्हें स्टेट चो पानी वो लंघद जे आप पुराना पंजाब ले लिए हरियाणा पंजाब का हिस्सा सी हरियाणे नूं दिता जा सकता सी लेकिन राजस्थान कदे भी पंजाब का हिस्सा नहीं रहा। लेकिन ये कांग्रेस सरकार ने इंदिरा गांधी ने जिहड़ा इंदिरा गांधी उदों उन्हें जिहड़ा हैगा राजस्थान नूं पानी दिता वो बहुत गलत है कांग्रेस की देन है ये। उस तो बाद जदों इन्हां दा पेट नहीं भरिया फिर SYL शुरू हुई SYL की जिहड़ी जमीन एक्वायर हुई है वह बादल परिवार इन्होंने अकाली पार्टी ने की है ये आम आदमी पार्टी तो हले पिक्चर च ही नहीं है। आम आदमी पार्टी ने फिर भी अपना स्टैंड करता क्लीयर कि एक बूंद पानी पंजाब को होर है नहीं जिहड़ा किसी भी दिता जा सके। जी जे लॉ एंड ऑर्डर की सिचुएशन की गल करिए पंजाब दे विच तां किते ना किते थोड़ा जिहा आप पिछे जाइए तो नाभा जेल ब्रेक कांड हो गया हाल ही उस तो बाद गगनेजा जी की हत्या होगी माता चंद कौर जी की हत्या होगी तो उस तो बाद बहुत सारे अजिहे कांड हो श्री गुरु ग्रंथ साहिब जी की बेअदबी होगी इस लैके हुण आम आदमी पार्टी जिस तरीके आरोप लगा रही है विपक्षी दल से देखो ये आरोप लगा की गल नहीं है ये तो क्लीयर है साफ है लोगों को पता है कि 90 तो वध वार श्री गुरु ग्रंथ साहिब जी की बेअदबी हो चुकी है अज तक कोई कसूरवार जिहड़ा हैगा वो इन्होंने तो इन्होंने सरकारों तो फड़िया नहीं गया। उस तो बाद संत जी अपने ढंडिया वालियां ते हमला होया ते जिन्हां ने हमला कराया उन्होंने शरेआम कहा भी असी करवाया हमला ते वो सरकार ने उन्हां ते भी कोई एक्शन नहीं लिता। बीबी चंद कौर की मौत हुई गगनेजा ते हमला होया पंजाब च लॉ एंड ऑर्डर दे सिचुएशन तो है ही नहीं इत्थे कोई अमन कानून वाली गल ही नहीं अज पंजाब च कोई सुरक्षित नहीं जद इत्थे एक पुलिस वाला सुरक्षित नहीं जिहड़ा कि अपनी बच्ची की इज्जत नहीं बचा सकिया उहदे ते गोली मार के एक कांग इन्हां अकाली लीडर ने गोली मार के उन्हूं सामने मारता सी ते फिर कोई होर कौन सुरक्षित है। पंजाब च पिछले 5 सालां च मेरे ख्याल ज़्यादा नहीं तो 5-6 DSP जिहड़े है वह मौत दे घाट उतारते गए जिस राज च पुलिस ही सुरक्षित नहीं उत्थे आम आदमी की की वैल्यू है। जी जे NRI कल्चर की गल की जाए जो NRIs की गल की जाए तो आम आदमी पार्टी उन्होंने लगाने वास्ते की कुछ कर रही है किस तरीके दे नाल आम आदमी पार्टी के जेडे कि नीतियां ने ताकि जेडे बाहर गया हुआ यंग जनरेशन है पंजाब का ही वह फिर मुड़ के एक बार दोबारा वापस पंजाब दे विच आ जाए। पंजाब देखो तुहानू दस रहे हैं भी जदों पंजाब तरक्की दी ली ते चले जाएगा जदों इत्थे रोज़गार मिलेगा फिर सानू किसी नू बाहर जाण दी की लोड़ है जब तुहाडे अपने घर च रोज़गार है नहीं तां ही तुसीं बाहर जाओगे ना ते पंजाबी इसे करके पंजाबी पंजाब च कामयाब नहीं बाहर सारे कामयाब है तुसी बाहर किते भी गल कर लो पंजाबी नंबर एक ते है ते पंजाब च फेल ने पंजाब च पंजाबी फेल ने क्योंकि पंजाब दा सारा कारोबार जो है वह इन रवायती पार्टियां दे कंट्रोल च आया होया अज ढाबे तक तो ढाबियां तक तो इन्हां दी निगाह आई हुई भी ढाबे भी नहीं छड्डना चाहते जो रेता बजरी
ਸ਼ਰਾਬ ਦਾ ਕੰਮ, ਟਰਾਂਸਪੋਰਟ ਦਾ ਕੰਮ, ਕੇਬਲ ਨੈੱਟਵਰਕ ਦਾ ਕੰਮ, ਸਾਰੇ ਕੰਮ ਇਹਨਾਂ ਦੀ ਗ੍ਰਿਫਤ 'ਚ ਹੈ। ਢਾਬੇ ਵੀ ਹੁਣ ਇਹ ਕਹਿੰਦੇ ਬ੍ਰੈਡ 'ਚ ਇਹਨਾਂ ਦਾ ਹਿੱਸੇ, ਜਿਹੜਾ ਵੀ ਕੋਈ ਪੰਜਾਬ 'ਚ ਇੰਡਸਟਰੀ ਖੋਲ੍ਹਣਾ ਹੀ ਨਹੀਂ ਚਾਹੁੰਦਾ ਕਿਉਂਕਿ ਇਹ ਪਹਿਲਾਂ ਪੁੱਛਦੇ ਵੀ ਸਾਡਾ ਹਿੱਸਾ ਕਿੰਨਾ ਰੱਖੂਗੇ। ਜੀ, ਕਿਤੇ ਨਾ ਕਿਤੇ ਹਿੱਸੇ ਦੀ ਗੱਲ ਹੋ ਰਹੀ ਹੈ ਕਿ ਕਿੰਨਾ ਹਿੱਸਾ ਰੱਖਿਆ ਜਾਵੇਗਾ। ਇਹ ਕੁਛ ਇੱਕ ਅਜਿਹਾ ਗੱਲ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਤੁਸੀਂ ਕਹਿੰਦੇ ਹੋ ਕਿ ਇਹਦੇ ਅਜਿਹਾ ਕੁਛ ਨਹੀਂ ਹੋਏਗਾ, ਕਿਤੇ ਨਾ ਕਿਤੇ ਜਿਹੜੀ ਕਿ ਪਾਰਦਰਸ਼ਿਤਾ ਜਿਹੜੀ ਉਹ ਵਰਤੀ ਜਾਏਗੀ ਇਸ ਦਰਮਿਆਨ। ਹਾਂ, ਤੁਹਾਡੇ ਸਾਹਮਣੇ ਐਗਜ਼ਾਮਪਲ ਹੈ ਦਿੱਲੀ ਦੀ। ਦਿੱਲੀ 'ਚ ਜੋ ਵਾਅਦੇ ਹੋਏ ਸੀ ਉਹ ਸਾਰੇ 70% ਵਾਅਦੇ ਹੁਣ ਤੱਕ ਪੂਰੇ ਹੋ ਗਏ, ਅਤੇ ਇਸ ਕਰਕੇ ਪੰਜਾਬ 'ਚ ਵੀ ਸਾਨੂੰ ਇਹੀ ਆਸ ਹੈ ਕਿ ਜੋ ਪੰਜਾਬ 'ਚ ਵਾਅਦੇ ਆਮ ਆਦਮੀ ਪਾਰਟੀ ਕਰ ਰਹੀ ਹੈ ਉਹਨਾਂ 'ਤੇ ਪੂਰੀ ਉਤਰੇਗੀ। ਜੀ, ਅੰਤ ਦੇ ਵਿੱਚ ਜੇ ਸਾਡੇ ਦਰਸ਼ਕਾਂ ਨੂੰ ਜੇ ਤੁਸੀਂ ਕਹਿਣਾ ਚਾਹੋਗੇ ਕਿ ਕੋਈ ਅਪੀਲ? ਮੈਂ ਆਪਣੇ ਪੰਜਾਬੀਆਂ ਨੂੰ, ਵੀਰਾਂ ਨੂੰ ਇਹੀ ਬੇਨਤੀ ਕਰਦਾ ਕਿ ਹਰ ਹਲਕੇ 'ਚ ਵੱਧ ਤੋਂ ਵੱਧ ਵੋਟਾਂ ਪਾਓ। ਆਮ ਆਦਮੀ ਪਾਰਟੀ ਇੱਕ ਇਨਕਲਾਬੀ ਪਾਰਟੀ ਹੈ, ਇੱਕ ਇਨਕਲਾਬ ਆਪਾਂ ਲੈ ਕੇ ਆਉਣਾ। ਔਰ ਇਹ ਵੀ ਮੈਂ ਆਪਣੇ ਵੀਰਾਂ ਨੂੰ ਦੱਸਾਂ ਕਿ ਇਹ ਜੋ ਇਨਕਲਾਬ ਹੈ 100 ਸਾਲਾਂ 'ਚ ਇੱਕ ਮੌਕਾ ਮਿਲਦਾ। ਤੁਸੀਂ ਜਾਣਦੇ ਹੋ ਕਿ 1857 'ਚ ਇੱਕ ਇਨਕਲਾਬ ਆਇਆ ਸੀ ਪਰ ਅਸੀਂ ਪੂਰਾ ਜ਼ੋਰ ਨਹੀਂ ਸੀ ਲਗਾ ਸਕੇ ਤਾਂ ਉਹ ਇਨਕਲਾਬ ਫੇਲ ਹੋ ਗਿਆ। ਉਸ ਤੋਂ ਬਾਅਦ 1947 'ਚ ਇਨਕਲਾਬ ਆਇਆ, ਅਸੀਂ ਪੂਰਾ ਜ਼ੋਰ ਲਗਾਇਆ ਅਤੇ ਅਸੀਂ ਜਿਹੜੇ ਗੋਰੇ ਅੰਗਰੇਜ਼ਾਂ ਤੋਂ ਆਜ਼ਾਦ ਹੋ ਗਏ। ਲੇਕਿਨ ਹੁਣ ਅੱਜ 4 ਫਰਵਰੀ 2017 ਇੱਕ ਐਸੀ ਤਰੀਕ ਹੈ ਜਦ ਅਸੀਂ ਸਾਰੇ, ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹੱਥ ਜੋੜ ਕੇ ਕਿ ਅੱਜ ਅਸੀਂ ਇੱਕ ਇੱਕ ਵੋਟ ਪਾ ਕੇ ਇੰਨੇ ਭਰ ਦੇਣ ਆਪਾਂ ਉੱਥੇ ਵੋਟਾਂ ਆਮ ਆਦਮੀ ਦੀ ਫੇਵਰ 'ਚ ਕਿ ਇਹ ਜਿਹੜੇ ਹੁਣ ਕਾਲੇ ਅੰਗਰੇਜ਼ ਹੈ ਇਹਨਾਂ ਤੋਂ ਅਸੀਂ ਛੁਟਕਾਰਾ ਪਾਈਏ ਅਤੇ ਆਪਣਾ ਆਰਥਿਕ ਤੌਰ 'ਤੇ ਆਜ਼ਾਦ ਹੋਈਏ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਇਹ ਗੱਲ ਹੋਈ ਇਨਕਲਾਬ ਦੀ, ਅਤੇ ਮੌਜੂਦਾ ਸਮੇਂ ਦੇ ਵਿੱਚ ਇਸ ਤਰੀਕੇ ਨਾਲ ਇਹ ਗੱਲ ਆਖੀ ਗਈ ਹੈ ਕਿ ਹੁਣ ਜਿਹੜਾ ਸਮਾਂ ਹੋ ਚੁੱਕਾ ਹੈ ਉਹ ਆ ਚੁੱਕਾ ਹੈ ਖੁਦ ਵੋਟਾਂ ਪਾਉਣ ਦਾ। ਅਤੇ 4 ਫਰਵਰੀ ਨੂੰ ਵੋਟਾਂ ਪਾ ਕੇ ਤੁਸੀਂ ਇੱਕ ਅਜਿਹਾ ਇਨਕਲਾਬ ਲੈ ਕੇ ਆਓ ਜਿਸ ਦੇ ਦਰਮਿਆਨ ਜਿਹੜਾ ਪੰਜਾਬ ਸੂਬਾ ਹੈ ਇੱਕ ਵਾਰ ਫਿਰ ਦੁਬਾਰੀ ਖੁਸ਼ਹਾਲ ਅਤੇ ਤਰੱਕੀ ਦੀ ਰਾਹ 'ਤੇ ਚੱਲ ਸਕੇ।